ਅਰੇਡੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਮਿਤੀ 31 ਮਾਰਚ 1504 ਈਸਵੀ ਨੂੰ ਪਿਤਾ ਸ਼੍ਰੀ ਫੇਰੂਮਲ ਜੀ ਅਤੇ ਮਾਤਾ ਦਇਆ ਕੌਰ ਦੇ ਘਰ ਪਿੰਡ ਮੱਤੇ ਦੀ ਸਰਾਂ ਹੁਣ ਸਰਾਏ ਨਾਗਾ ਜ਼ਿਲ੍ਹਾ ਮੁਕਸਰ ਵਿਖੇ ਹੋਇਆ ਡੰਡੀ ਮਾਤਾ ਪਿਤਾ ਨੇ ਆਪ ਜੀ ਦਾ ਨਾ ਲਹਿਣਾ ਰੱਖਿਆ ਡੰਡੀ ਆਪ ਜੀ ਦਾ ਵਿਆਹ ਪਿੰਡ ਸੰਗਰਕੋਟ ਨੇੜੇ ਖੰਡੂਰ ਸਾਹਿਬ ਦੇ ਸ਼ਾਹੂਕਾਰ ਬਾਬਾ ਦੇਵੀ ਚੰਦ ਜੀ ਦੀ ਸੁਪਤਰੀ ਬੀਬੀ ਖੀਬੀ ਜੀ ਨਾਲ ਹੋਇਆ ਡੰਡੀ ਆਪ ਜੀ ਦੇ ਦੋ ਪੁੱਤਰ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਹੋਏ ਡੰਡੀ ਭਾਈ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੰਦ ਸੇਵਕ ਭਾਈ ਜੋਧ ਜੀ ਦੇ ਮੁਖ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰੀ ਹੋਈ ਬਾਣੀ ਆਸਾ ਕੀ ਬਾੜ ਦੀ 21 ਪੌੜੀ ਦੀਆਂ ਇਹ ਪੰਕਤੀਆਂ ਨੂੰ ਸੁਨਿਆ ਤਾਂ ਭਾਈ ਲਹਿਣਾ ਜੀ ਦੀ ਅੰਦਰਲੀ ਚੇਤਨਾ ਨੂੰ ਝੰਜੋੜਾ ਵੱਜਾ ਕਿ ਕਿਤੇ ਮੈਂ ਇੱਧਰ ਉੱਧਰ ਦੇ ਤਨਿਆਵੀ ਕੰਮਾਂ ਵਿੱਚ ਉਲਝ ਕੇ ਆਪਣੇ ਮਨੁੱਖੀ ਜੀਵਨ ਨੂੰ ਤਾ ਨਹੀਂ ਗਵਾ ਰਿਹਾ ਪ੍ਰਸ਼ਨ ਚਿੰਨ ਉਹਨਾਂ ਦੇ ਮਨ ਵਿੱਚ ਸਵਰਨ ਕੀਤੀ ਹੋਈ ਬਾਣੀ ਅਤੇ ਉਸ ਦੇ ਰਚੇਤਾ ਬਾਰੇ ਬਧੇਰੇ ਜਾਣਨ ਦੀ ਜਗਿਆਸਾ ਪੈਦਾ ਹੋ ਗਈ ਡੰਡੀ ਇਸੇ ਜਗਿਆਸਾ ਬਸ ਭਾਈ ਜੋਧ ਜੀ ਕੋਲੋਂ ਬਾਣੀ ਦੇ ਰਚਨਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਕਰ ਲਿਆ ਡੰਡੀ ਉਸ ਸਮੇਂ ਭਾਈ ਲਹਿਣਾ ਨੇ ਕਰਤਾਰਪੁਰ ਰੈਡੀ ਹੁਣ ਪਾਕਿਸਤਾਨ ਵਿਖੇ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਫੈਸਲਾ ਕਰ ਲਿਆ ਡੰਡੀ ਭਾਈ ਲਹਿਣਾ ਜੀ ਨੂੰ ਗੁਰੂ ਸਾਹਿਬ ਦੇ ਪਿਆਰ ਅਤੇ ਅੰਮ੍ਰਿਤਮਈ ਬਚਨਾਂ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਉਹ ਹਮੇਸ਼ਾ ਲਈ ਗੁਰੂ ਸਾਹਿਬ ਦੇ ਸੱਚੇ ਸੇਵਕ ਬਣ ਕੇ ਗੁਰੂ ਦੇ ਹੀ ਹੋ ਕੇ ਰਹਿ ਗਏ ਡੰਡੀ ਭਾਈ ਲੈਣਾ ਜੀ ਨੂੰ ਲਗਭਗ 7 ਸਾਲ ਸਨ 1532 ਤੋਂ 1539 ਈਸਵੀ ਦੇ ਸਮੇਂ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰੀਰਕ ਤੌਰ ਉੱਤੇ ਸੰਗਤ ਕਰਨ ਦਾ ਸਮਾਂ ਮਿਲਿਆ ਡੰਡੀ ਇਸ ਸਮੇਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਭਾਈ ਲਹਿਣਾ ਦੇ guna ਅਤੇ ਸਖਸ਼ੀਅਤ ਦੀ ਘੜਤ ਨੂੰ ਵੱਖ-ਵੱਖ ਤਰੀਕਿਆਂ ਨਾਲ ਘੜ ਕੇ ਨਵੇਂਆਂ ਅਤੇ ਗਰੀਬਾਂ ਦਾ ਹਮਦਰਦ ਉੱਤੇ ਸਾਥੀ ਬਣਾਇਆ ਨਿਰਮਾਣਤਾ ਅਤੇ ਹੁਕਮ ਮੰਨਣ ਦੀ ਜਾਚ ਸਖਾਈ ਜਿਸ ਨੂੰ ਸਿੱਖਣ ਵਿੱਚ ਭਾਈ ਲਹਿਣਾ ਜੀ ਪੂਰੀ ਤਰ੍ਹਾਂ ਸਫਲ ਰਹੇ ਡੰਡੀ ਭਾਈ ਲਹਿਣਾ ਨੇ ਆਪਣੇ ਅਟੁੱਟ ਵਿਸ਼ਵਾਸ ਪਿਆਰ ਅਤੇ ਹੁਕਮ ਮੰਨਣ ਦੀ ਭਾਵਨਾ ਨਾਲ ਕਿਤੇ ਵੀ ਆਪਣੇ ਗੁਰੂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਡੰਡੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਨੂੰ ਪੂਰੀ ਤਰ੍ਹਾਂ ਯੋਗ ਜਾਣ ਗੁਰੂ ਅੰਗਦ ਦੇਵ ਜੀ ਨਾ ਦੇ ਕੇ ਸਤੰਬਰ 1539 ਈਸਵੀ ਵਿੱਚ ਗੁਰਿਆਈ ਦੀ ਮਹਾਨ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ ਨਾਨਕ ਦੀ ਉਹ ਇਲਾਹੀ ਜੋਤ ਪ੍ਰਾਪਤ ਕਰਕੇ ਭਾਈ ਲਹਿਣਾ ਜੀ ਖੁਦ ਨਾਨਕ ਨਿਰੰਕਾਰ ਦਾ ਰੂਪ ਹੋ ਗਏ ਡੰਡੀ ਗੁਰਤਾ ਗੱਦੀ ਪ੍ਰਾਪਤ ਕਰਨ ਉਪਰੰਤ ਦੂਜਾ ਪੈਰਾ ਰੈਡੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਨੂੰ ਆਪਣਾ ਪ੍ਰਚਾਰ ਕੇਂਦਰ ਬਣਾਇਆ ਅਤੇ ਇੱਥੇ ਰਹਿੰਦਿਆ ਹੋਇਆ ਆਪ ਜੀ ਨੇ ਬਹੁਤ ਮਹਾਨ ਕਾਰਜ ਕੀਤੇ ਜਿੰਨਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਗੁਰਮੁਖੀ ਲਿਪੀ ਦੀ ਸੁਧਾਈ ਕਰਕੇ ਉਸ ਦਾ ਮੌਜੂਦਾ ਸਰੂਪ 35 ਅੱਖਰ ਤਿਆਰ ਕਰਨਾ ਭਾਈ ਵਾਲੇ ਵਾਲੀ ਜਨਮ ਸਾਖੀ ਆਪਣੀ ਹਾਜ਼ਰੀ ਵਿੱਚ ਲਿਖਵਾਉਣੀ ਮਲੂਕੇ ਚੌਧਰੀ ਰਾਹੀਂ ਸੰਗਤ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਨ ਦਾ ਉਪਦੇਸ਼ ਦਿੱਤਾ ਮਾਨਸਿਕ ਤੰਦਰੁਸਤੀ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਨੂੰ ਵੀ ਪੂਰੀ ਅਹਿਮੀਅਤ ਦੇਣੀ ਮਲ ਅਖਾੜੇ ਦੀ ਰਚਨਾ ਕਰਨਾ ਹਮਾਯੂ ਵਰਗੇ ਬਾਦਸ਼ਾਹ ਦੀ ਕੋਈ ਪ੍ਰਵਾਹ ਨਾ ਕਰਕੇ ਉਸ ਦਾ ਹੰਕਾਰ ਤੋੜਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਪਹਿਲੀ ਪੋਥੀ ਤਿਆਰ ਕਰਵਾਉਣਾ ਪੰਜਾਬੀ ਦਾ ਪਹਿਲਾ ਬੋਧ ਕਾਇਦਾ ਅਤੇ ਪੰਜਾਬੀ ਦਾ ਪਹਿਲਾ ਸਕੂਲ ਸ਼ੁਰੂ ਕਰਨਾ ਨਮ ਜਮੇ ਬੱਚੇ ਦਾ ਬਾਣੀ ਵਿੱਚੋਂ ਨਾਮਕਰਨ ਕਰਨ ਦੀ ਸ਼ੁਰੂਆਤ ਵੀ ਇੱਥੋਂ ਹੀ ਹੋਈ ਗੁਰੂ ਘਰ ਦੇ ਪ੍ਰੇਮੀ ਸਿੱਖਾ ਨੂੰ ਸਰੂਪਾਉ ਦੇਣ ਦੀ ਸ਼ੁਰੂਆਤ ਕਰਨਾ ਸਿੱਧਾ ਨਾਲ ਚਰਚਾ ਕਰਨਾ ਆਦ ਵਰਗੇ अनेका ਹੋਰ ਮਹੱਤਮ ਪੂਰਨ ਕਾਰਜ ਗੁਰੂ ਜੀ ਨੇ ਖੰਡੂਰ ਸਾਹਿਬ ਦੀ ਧਰਤੀ ਉੱਪਰ ਰਹਿੰਦਿਆਂ ਹੋਇਆਂ ਕੀਤੇ ਡੰਡੀ ਖੰਡੂਰ ਸਾਹਿਬ ਜੋ ਕਿ ਗੁਰੂ ਅੰਗਦ ਦੇਵ ਜੀ ਦੀ ਨਾਗਰੀ ਦੇ ਨਾਲ ਜਾਣਿਆ ਜਾਂਦਾ ਹੈ ਡੰਡੀ ਇੱਥੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਦਾ ਸਾਰਾ ਸਮਾਂ ਜੋ ਲਗਭਗ 13 ਸਾਲ ਦੇ ਕਰੀਬ ਬੰਦਾ ਹੈ ਰੈਡੀ ਬਤੀਤ ਕੀਤਾ ਡੰਡੀ ਇਹ ਅਕਸਰ ਕਿਹਾ ਸੁਣਿਆ ਜਾਂਦਾ ਹੈ ਕਿ ਜਿਸ ਨੇ ਵਿਖਿਆ ਨਹੀਂ ਹੰਝੂ ਹਜ਼ੂਰ ਸਾਹਿਬ ਉਹ ਵੇਖ ਲਵੇ ਖੰਡੂਰ ਸਾਹਿਬ ਡੰਡੀ ਇਸ ਨਗਰ ਵਿੱਚ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਜਿਨ੍ਹਾਂ ਵਿੱਚ ਗੁਰਦੁਆਰਾ ਮਾਈ ਭਾਈ ਜੀ ਗੁਰਦੁਆਰਾ ਮੱਲ ਅਖਾੜਾ ਸਾਹਿਬ ਗੁਰਦੁਆਰਾ ਤਪਿਆਨਾ ਤਪ ਸਥਾਨ ਸਾਹਿਬ ਗੁਰਦੁਆਰਾ ਸੱਲ ਸਾਹਿਬ ਉਸਾਰੀ ਅਧੀਨ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਹਨ ਡੰਡੀ ਅੱਜ ਸੰਸਾਰ ਭਰ ਦੀਆਂ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਗੁਰਤਾ ਗਦੀ ਦਿਵਸ ਨੂੰ ਗੁਰਮੁਖੀ ਦਿਵਸ ਵਜੋਂ ਬਹੁਤ ਪਿਆਰ ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ ਡੰਡੀ ਆਓ ਇਸ ਮਹਾਨ ਗੁਰੂ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾਉਂਦਿਆ ਹੋਇਆ ਉਹਨਾਂ ਦੇ ਦੱਸੇ ਹੋਏ ਮਾਰਗ ਅਤੇ ਉਪਦੇਸ਼ ਉੱਤੇ ਚੱਲਿਏ ਡੰਡੀ ਆਪਣੇ ਪਰਿਵਾਰਾਂ ਵਿੱਚ ਗੁਰਮੁਖੀ ਲਿਪੀ ਸਿੱਖਣ ਪੰਜਾਬੀ ਪੜਨ ਬੋਲਣ ਅਤੇ ਲਿਖਣ ਦੇ ਭਰਪੂਰ ਯਤਨ ਕਰਿਏ ਡੰਡੀ ਇਸੇ ਤਰ੍ਹਾਂ ਨਸ਼ੇ ਛੱਡਿਏ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦਾ ਖਿਆਲ ਰੱਖਿਏ ਸਾਦਾ ਪਹਿਨਿਏ ਸਾਦਾ ਅਤੇ ਚੰਗਾ ਖਾਈਏ ਚੰਗਾ ਬੋਲੀਏ ਖੁਸ਼ ਰਹੀਏ ਆਪ ਅਤੇ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜਦੇ ਹੋਏ ਗੁਰਮੁਖੀ ਜੀਵਨ ਧਾਰਨ ਕਰੀਏ ਡੰਡੀ ਤਾਂ ਕਿ ਮਿਲਿਆ ਹੋਇਆ ਮਨੁੱਖਾ ਜਨਮ ਸਫਲਾ ਹੋ ਸਕੇ ਡੰਡੀ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਹਰ ਸਾਲ ਸਿੱਖ ਪੰਥ ਵੱਲੋਂ ਗੁਰਮੁਖੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਡੰਡੀ ਪੇਸ਼ ਹੈ ਇਸ ਸੰਦਰਭ ਵਿੱਚ ਸਤਨਾਮ ਸਿੰਘ ਦਾ ਇਹ ਵਿਸ਼ੇਸ਼ ਲੇਖ ਡੰਡੀ